ਮੁਕਤਸਰ ਵਿੱਚ ਆਇਆ ਤੇਜ਼ ਤੂਫਾਨ ਆਪਣੇ ਪਿੱਛੇ ਤਬਾਹੀ ਦੇ ਇਹ ਨਿਸ਼ਾਨ ਛੱਡ ਗਿਆ। ਦੇਰ ਸ਼ਾਮ ਤੂਫਾਨ ਅਤੇ ਬਾਰਿਸ਼ ਨਾਲ ਸੈਂਕੜੇ ਰੁੱਖ ਪੁੱਟੇ ਗਏ, ਬਿਜਲੀ ਦੇ ਖੰਭੇ ਉਖੜ ਗਏ, ਪੂਰੇ ਇਲਾਕੇ 'ਚ ਬਿਜਲੀ ਗੁੱਲ ਹੋ ਗਈ। ਗੰਗਾਨਗਰ ਬਠਿੰਡਾ ਰੋਡ ਸਮੇਤ ਗਿੱਦੜਬਾਹ ਤੋਂ ਮੁਕਤਸਰ ਰੋਡ ਕਈ ਘੰਟਿਆਂ ਤੱਕ ਬੰਦ ਰਿਹਾ। ਲੋਕ ਟੁੱਟੇ ਰੁੱਖ ਖੁਦ ਸੜਕਾਂ ਤੋਂ ਹਟਾਉਂਦੇ ਨਜ਼ਰ ਆਏ। ਉਹਨਾਂ ਨੇ ਪ੍ਰਸ਼ਾਸਨ ਵੱਲੋਂ ਵਿਖਾਈ ਢਿੱਲ ਤੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ। ਝਗੜਾ ਚੱਲਿਆ ਤੇ ਬਾਰਿਸ਼ ਬਹੁਤ ਜ਼ਿਆਦਾ ਹੋਈ ਸੀ, ਇੱਧਰ ਦੀ ਝਗੜਾ ਟੱਪਿਆ, ਇੱਧਰ ਦੀ ਕੋਈ ਵੀ ਕਿਸੇ ਨੇ ਸਾਰ ਨਹੀਂ ਲਈ ਹੈ, ਸਾਰੀ ਰੋਡ ਜਾਮ ਹੈ, ਇੱਥੇ ਵਿੱਚ ਟਰਾਲੇ ਖੜ੍ਹੇ ਹੈ, ਕੁਛ ਗੱਡੀਆਂ ਖੜ੍ਹੀਆਂ ਹੈ, ਭੰਨ ਤੋੜ ਬਹੁਤ ਜ਼ਿਆਦਾ ਕੀਤੀ ਹੈ, ਬਿਜਲੀ ਸਾਰੀ ਠੱਪ ਹੋਈ ਪਈ ਹੈ, ਕਿਸੇ ਵੀ ਵਿਭਾਗ ਦਾ ਕੋਈ ਕਰਮਚਾਰੀ ਨਹੀਂ ਪਹੁੰਚਿਆ। ਸਾਡੇ ਪਿੰਡ ਦੇ ਸਰਪੰਚ ਸਾਹਿਬ ਇੱਥੇ ਪਹੁੰਚੇ ਸੀਗੇ, ਉਹਨਾਂ ਨੇ ਕੁਛ ਰੋਡ ਖਾਲੀ ਕਰਵਾਈ ਹੈ। ਇਹ ਤੂਫਾਨ ਆਇਆ ਜੀ ਜਿਹਦੇ ਵਿੱਚ ਕਿ ਹਜ਼ਾਰਾਂ ਦੇ ਹਿਸਾਬ ਨਾਲ ਦਰਖਤ ਟੁੱਟ ਗਏ। ਉਧਰ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਢਿੱਲ ਤੋਂ ਇਨਕਾਰ ਕਰ ਰਿਹਾ ਹੈ। ਪ੍ਰਸ਼ਾਸਨ ਮੁਤਾਬਕ ਪਹਿਲਾਂ ਹਾਈਵੇ ਉੱਪਰ ਟੁੱਟੇ ਰੁੱਖ ਹਟਾਏ ਗਏ ਅਤੇ ਫਿਰ ਹੋਰ ਬਾਕੀ ਰਸਤਿਆਂ ਨੂੰ ਦਰੁਸਤ ਕੀਤਾ ਗਿਆ। ਢਿੱਲ ਦਾ ਤਾਂ ਕੋਈ ਸਵਾਲ ਹੀ ਨਹੀਂ। ਕਾਫੀ ਝੱਖੜ ਵੀ ਆਇਆ ਜਿਹਦੇ ਕਰਕੇ ਕਾਫੀ ਦਰਖਤ ਜਿਹੜੇ ਸੜਕਾਂ 'ਤੇ ਡਿੱਗ ਪਏ ਸੀ, ਜਿਹਦੇ ਵਿੱਚ ਬਠਿੰਡਾ ਰੋਡ ਅਤੇ ਇੱਧਰ ਮਲੋਟ ਰੋਡ 'ਤੇ ਵੀ ਕੁਛ ਦਰਖਤ ਡਿੱਗੇ ਸੀ, ਸਾਫ਼ ਕਰਾ ਦਿੱਤੇ ਸੀਗੇ। ਇੱਕ ਮੰਦੀਰ ਰੋਡ ਹੈ ਜਿਹੜੀ ਮੁਕਤਸਰ ਨੂੰ ਜਾਂਦੀ ਹੈ, ਇੱਥੇ ਕਾਫੀ ਪ੍ਰੋਬਲਮ ਹੋਈ, ਇੱਥੇ 29-30 ਦਰਖਤ ਡਿੱਗੇ ਹੋਏ ਨੇ। ਇਹਨਾਂ ਦਰਖਤਾਂ ਨੂੰ ਚੁਕਵਾਉਣ ਲਈ ਫੋਰੈਸਟ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਲੱਗੇ ਹੋਏ ਆ। ਜ਼ਿਕਰੇ ਖਾਸ ਹੈ ਕਿ ਵੀਰਵਾਰ ਦੇਰ ਸ਼ਾਮ ਆਏ ਇਸ ਤੂਫਾਨ ਨੇ ਮੁਕਤਸਰ ਵਿੱਚ ਭਾਰੀ ਤਬਾਹੀ ਮਚਾਈ ਸੀ। ਜਸਵਿੰਦਰ ਬੱਬਰ, ਜ਼ੀ ਮੀਡੀਆ, ਮੁਕਤਸਰ।